ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਅਤੇ ਮੈਂ TV 84 ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਅਤੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਅਤੇ ਸਾਡੇ ਡਾਕਟਰ ਅਮਰਜੀਤ ਸਿੰਘ ਜੀ ਆਏ ਹੋਏ ਨੇ, ਆਓ ਉਹਨਾਂ ਨੂੰ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋਅ। ਥੈਂਕ ਯੂ। ਹਾਂਜੀ ਡਾਕਟਰ ਸਾਹਿਬ, ਅੱਜ 2 ਮਈ 2013 20 ਵਿਸਾਖ ਨਾਨਕ ਸ਼ਾਹੀ ਸੰਮਤ 545 ਦਾ ਦਿਨ ਹੈ। ਅਤੇ ਹੁਣ ਅਸੀਂ ਈਮੇਲ, ਫੋਨ ਮੈਸੇਜ, ਫੇਸਬੁੱਕ ਮੈਸੇਜ, ਟਵਿੱਟਰ ਮੈਸੇਜ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਅਤੇ ਪਹਿਲੀ ਈਮੇਲ ਹੈ ਟੋਰਾਂਟੋ ਤੋਂ ਸਰਦਾਰ ਕੇ ਸਿੰਘ ਜੀ ਦੀ। ਇਹ ਲਿਖਦੇ ਹਨ, ਪਿਆਰੇ ਵੀਰ ਅਮਰਜੀਤ ਸਿੰਘ ਜੀ, ਗੁਰੂ ਫਤਿਹ, ਮੈਂ 1984 ਵਿੱਚ ਇੰਦਰਾ ਗਾਂਧੀ ਦੇ ਮਾਰੇ ਜਾਣ ਵੇਲੇ ਦੀ ਇੱਕ ਘਟਨਾ ਸਾਂਝੀ ਕਰਨਾ ਚਾਹੁੰਦਾ ਹਾਂ। ਮੈਂ 1984 ਵਿੱਚ RK ਪੂਰਵ ਨਵੀਂ ਦਿੱਲੀ ਵਿੱਚ ਰਹਿੰਦਾ ਸੀ, ਜਿਹੜੀ ਕਿ ਸੈਂਟਰਲ ਗੌਰਮੈਂਟ ਦੇ ਮੁਲਾਜ਼ਮਾਂ ਦੀ ਕਲੋਨੀ ਹੈ। ਸਾਡੀ ਆਬਾਦੀ ਵਿੱਚ ਸਿੰਘ ਸਾਹਿਬ ਗਿਆਨੀ ਗਜਿੰਦਰ ਸਿੰਘ ਜੀ ਰਹਿੰਦੇ ਸਨ, ਜਿਹੜੇ ਕਿ ਸਿੱਖ ਪ੍ਰਚਾਰਕ ਸਨ ਅਤੇ ਇਲਾਕੇ ਵਿੱਚ ਅੰਮ੍ਰਿਤ ਪ੍ਰਚਾਰ ਕਰਦੇ ਸਨ। ਇਹ ਕਿੰਨੀਆਂ ਤੋਂ ਇੱਥੇ ਆਏ ਸਨ ਅਤੇ ਇਹਨਾਂ ਦਾ 2 ਮੁੰਡਿਆਂ ਅਤੇ 1 ਕੁੜੀ ਦਾ ਛੋਟਾ ਜਿਹਾ ਪਰਿਵਾਰ ਵੀ ਸੀ। 31 ਅਕਤੂਬਰ ਨੂੰ ਜਦੋਂ ਇੰਦਰਾ ਗਾਂਧੀ ਮਾਰੀ ਗਈ, ਪੁਲਿਸ ਇਹਨਾਂ ਦੇ ਘਰ ਆਈ, ਪਰ ਗਿਆਨੀ ਜੀ ਪਟਿਆਲਾ ਆਪਣੀ ਭੈਣ ਨੂੰ ਮਿਲਣ ਲਈ ਰਵਾਨਾ ਹੋ ਚੁੱਕੇ ਸਨ। CBI ਨੇ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਗਿਆਨੀ ਜੀ ਨੂੰ CBI ਦੇ ਹਵਾਲੇ ਕਰ ਦਿੱਤਾ। CBI ਨੇ ਇਹਨਾਂ ਨੂੰ ਲਾਲ ਕਿਲ੍ਹੇ ਦੇ ਇੱਕ ਸੈੱਲ ਵਿੱਚ ਕੈਦ ਕਰ ਲਿਆ। ਗਿਆਨੀ ਜੀ ਨੂੰ ਨੇ ਕੁਝ ਵੀ ਖਾਣ ਪੀਣ ਤੋਂ ਮਨ੍ਹਾ ਕਰ ਦਿੱਤਾ, ਕਿਉਂਕਿ ਖਾਣਾ ਆਦਿ ਸਿਗਰਟਾਂ ਪੀਣ ਵਾਲੇ ਮੁਲਾਜ਼ਮਾਂ ਵੱਲੋਂ ਬਣਾਇਆ ਜਾਂਦਾ ਸੀ। ਪੁਲਿਸ ਉਹਨਾਂ ਦੇ ਘਰ ਆਈ ਅਤੇ ਉਹਨਾਂ ਦੀ ਸਿੰਗਰੀ ਨੂੰ ਉਹਨਾਂ ਨੂੰ ਮਿਲਾਉਣ ਲਈ ਲੈ ਗਈ। CBI ਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ 5 ਅਕਤੂਬਰ ਬੇਅੰਤ ਦੇ ਆਸ ਪਾਸ ਬੇਅੰਤ ਸਿੰਘ, ਸਤਵੰਤ ਸਿੰਘ ਨੂੰ ਅੰਮ੍ਰਿਤ ਕਿਉਂ ਛਕਾਇਆ। ਸਿੰਘ ਸਾਹਿਬ ਨੇ ਕਿਹਾ ਕਿ ਬਹੁਤ ਸਾਰੇ ਸਿੰਘ ਸਿੰਘਣੀਆਂ ਅੰਮ੍ਰਿਤ ਛਕਦੇ ਹਨ, ਮੈਂ ਹਰ ਇੱਕ ਦਾ ਨਾਂ ਯਾਦ ਨਹੀਂ ਰੱਖ ਸਕਦਾ ਅਤੇ ਇਹ ਸੰਭਵ ਵੀ ਨਹੀਂ ਹੈ। ਫਿਰ CBI ਨੇ ਪੁੱਛਿਆ ਕਿ ਉਹਦੀ ਤਾਂ ਦਾੜੀ ਕੱਟੀ ਹੋਈ ਸੀ, ਫਿਰ ਤੁਸੀਂ ਉਸ ਨੂੰ ਅੰਮ੍ਰਿਤ ਕਿਵੇਂ ਛਕਾਇਆ। ਗਿਆਨੀ ਜੀ ਨੇ ਜਵਾਬ ਦਿੱਤਾ ਕਿ ਜਦੋਂ ਕੋਈ ਸਿੱਖ ਪ੍ਰਣ ਕਰਦਾ ਹੈ ਕਿ ਅੱਗੂ ਤੂੰ ਉਹ ਰੋਮਾਂ ਦੀ ਬੇਅਦਬੀ ਨਹੀਂ ਕਰੇਗਾ ਅਤੇ ਤੰਬਾਕੂ ਦਾ ਇਸਤੇਮਾਲ ਨਹੀਂ ਕਰੇਗਾ, ਤਾਂ ਉਸ ਨੂੰ ਅੰਮ੍ਰਿਤ ਛਕਾਇਆ ਜਾ ਸਕਦਾ ਹੈ। ਗਿਆਨੀ ਜੀ ਨੂੰ ਪੁਲਿਸ ਨੇ 12 ਦਿਨ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਰਿਹਾਅ ਕੀਤਾ। ਗਿਆਨੀ ਜੀ ਦੀ ਸਿਹਤ ਬਹੁਤ ਵਿਗੜੀ ਹੋਈ ਸੀ, ਅਸੀਂ ਉਹਨਾਂ ਨੂੰ ਹੋਸਪਿਟਲ ਲੈ ਗਏ। ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦੀਆਂ ਹੱਡੀਆਂ ਅੰਦਰੋਂ ਭੁਰ ਚੁੱਕੀਆਂ ਹਨ ਅਤੇ ਉਹਨਾਂ ਨੂੰ ਨੀਂਦ ਦੇ ਦੌਰਾਨ ਕੋਈ ਜ਼ਹਿਰੀਲੀ ਗੈਸ ਸੁੰਘਾਈ ਗਈ ਹੈ। 3 ਮਹੀਨਿਆਂ ਬਾਅਦ ਗਿਆਨੀ ਜੀ ਦੀ ਜਨਵਰੀ 1985 ਵਿੱਚ ਮੌਤ ਹੋ ਗਈ। ਗਿਆਨੀ ਜੀ ਇੱਕ ਸੰਤ ਸਿਪਾਹੀ ਸਨ, ਪਰ ਉਹਨਾਂ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ। ਉਹਨਾਂ ਨੇ ਪੰਥ ਦੀ ਬਹੁਤ ਸੇਵਾ ਕੀਤੀ। ਮੈਂ ਉਹਨਾਂ ਦੇ ਲੜਕੇ ਨਾਲ ਸੰਪਰਕ ਕਰਾਂਗਾ ਤਾਂ ਕਿ ਮੈਨੂੰ ਉਹਨਾਂ ਦੀਆਂ ਕੁਝ ਫੋਟੋਆਂ ਮਿਲ ਸਕਣ। ਕਿਰਪਾ ਕਰਕੇ ਇਸ ਸੱਚੀ ਕਹਾਣੀ ਨੂੰ ਆਪਣੇ TV ਸ਼ੋਅ 'ਤੇ ਜ਼ਰੂਰ ਸਾਂਝਾ ਕਰੋ। ਮੈਂ 1988 ਤੋਂ ਟੋਰਾਂਟੋ ਵਿੱਚ ਹਾਂ। ਜੇ ਤੁਹਾਨੂੰ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਨੇ ਆਪਣਾ ਨੰਬਰ ਵੀ ਦਿੱਤਾ ਹੈ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਕੇ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਲਿਖਿਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵੀ ਇੰਦਰਾ ਗਾਂਧੀ ਨੂੰ ਸੋਧੇ ਜਾਣ ਦੇ ਕੇਸ ਦਾ ਜ਼ਿਕਰ ਰਿਹਾ, ਭਾਵੇਂ ਉਹ ਅਦਾਲਤ ਦੇ ਵਿੱਚ ਹੋਇਆ ਜਾਂ ਲਿਖਾਰੀਆਂ ਨੇ ਲਿਖਿਆ, ਅਤੇ RK ਪੁਰਮ ਦਾ ਜ਼ਿਕਰ ਜ਼ਰੂਰ ਸੀ ਕਿ RK ਪੁਰਮ ਦੇ ਵਿੱਚ ਦੀਵਾਨ ਸੱਜਿਆ ਜਿੱਥੇ ਪ੍ਰੋਫੈਸਰ ਦਰਸ਼ਨ ਸਿੰਘ ਕੀਰਤਨ ਕਰਨ ਆਏ ਸੀ। ਸ਼ਹੀਦ ਬੇਅੰਤ ਸਿੰਘ ਵੀ ਉੱਥੇ ਦੀਵਾਨ ਦੇ ਵਿੱਚ ਗਏ ਔਰ ਕੀਰਤਨ ਦੌਰਾਨ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਨੇ ਵੰਗਾਰ ਕੇ ਸੰਗਤ ਦੇ ਵਿੱਚ ਇਹ ਗੱਲ ਕਹੀ ਕਿ ਜੇ ਮੱਸੇ ਰੰਗੜ ਨੇ ਜ਼ਿਆਦਤੀ ਕੀਤੀ ਸੀ ਸ੍ਰੀ ਹਰਿਮੰਦਰ ਸਾਹਿਬ ਬੈਠ ਕੇ, ਅਤੇ ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਬੀਕਾਨੇਰ ਉੱਥੋਂ ਬੁੱਢਾ ਜੋੜ ਤੋਂ ਆਏ ਸੀ ਉਹਨੂੰ ਸਜ਼ਾ ਦੇਣ ਦੇ ਲਈ, ਅਤੇ ਅੱਜ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ 'ਚ ਟੈਂਕਾਂ ਦੇ ਥੱਲੇ ਸੈਂਕੜਿਆਂ ਬੀਬੀਆਂ, ਬੱਚੇ, ਮੁਸਾਫਰ, ਯਾਤਰੂ ਜਿਹੜੇ ਨੇ ਉਹ ਕੁਚਲੇ ਗਏ ਨੇ। ਅੱਜ ਕਿੱਥੇ ਨੇ ਸਿੱਖਾਂ ਦੇ ਸੁੱਖਾ ਸਿੰਘ ਔਰ ਮਹਿਤਾਬ ਸਿੰਘ? ਸੋ ਇਹ RK ਪੁਰਮ ਦੇ ਹਵਾਲੇ ਨਾਲ ਜ਼ਿਕਰ ਹੁੰਦਾ। ਸੋ ਉਸ ਦੀਵਾਨ 'ਚ ਬੈਠਿਆਂ ਹੀ ਸ਼ਹੀਦ ਬੇਅੰਤ ਸਿੰਘ ਬੜੇ ਭਾਵੁਕ ਹੋਏ ਔਰ ਜਿਵੇਂ ਬਾਅਦ ਦੇ ਵਿੱਚ ਜਿੰਨਾ ਵੱਡਾ ਉਹਨਾਂ ਨੇ ਕਾਰਨਾਮਾ ਕੀਤਾ, ਇਹਦੀ ਸ਼ੁਰੂਆਤ ਉੱਥੋਂ ਹੋਈ। ਲੇਕਿਨ ਔਰ ਉਹਨਾਂ ਦੇ ਅੰਮ੍ਰਿਤ ਛਕਣ ਦਾ ਜ਼ਿਕਰ ਵੀ ਹੈ ਵੀ ਉਹਨਾਂ ਨੇ ਅੰਮ੍ਰਿਤ ਛਕਿਆ RK ਪੁਰਮ। ਹੁਣ ਇਹ ਮੈਂ ਧੰਨਵਾਦੀ ਹਾਂ ਸਰ ਕੇ ਸਿੰਘ ਜੀ ਦਾ ਕਿ ਉਹਨਾਂ ਨੇ ਇਹ ਜਿਹੜਾ ਮਿਸਿੰਗ ਲਿੰਕ ਸੀ ਜਦੋਂ ਉਹਨਾਂ ਨੇ ਭਾਈ ਗਜਿੰਦਰ ਸਿੰਘ ਜੀ ਦਾ ਜ਼ਿਕਰ ਕੀਤਾ ਕਿ ਉਹ ਕੀਨੀਆਂ ਤੋਂ ਆਏ ਸਨ, RK ਪੁਰਮ 'ਚ ਰਹਿੰਦੇ ਸੀ, ਉੱਥੇ ਹੀ ਉਹਨਾਂ ਨੇ ਅੰਮ੍ਰਿਤ ਸੰਚਾਰ ਕੀਤਾ ਔਰ ਉਹਨਾਂ ਦੇ ਹੀ ਪ੍ਰੇਰਨਾ ਦੇ ਨਾਲ
ਪ੍ਰੇਰਣਾ ਤਾਂ ਗੁਰੂ ਦੀ ਹੁੰਦੀ ਹੈ, ਪਰ ਹੁਣ ਉਹ ਉਹਨਾਂ ਪੰਜਾਂ ਪਿਆਰਿਆਂ 'ਚ ਸ਼ਾਮਿਲ ਸਨ ਜਿਨ੍ਹਾਂ 'ਚੋਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਜਿਨ੍ਹਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲਈ, ਔਰ ਉਸ ਤੋਂ ਬਾਅਦ ਉਹਨਾਂ ਨੇ ਬੜਾ ਵੱਡਾ ਇਤਿਹਾਸਕ ਕਾਰਨਾਮਾ ਕੀਤਾ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਨ ਦਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਉਹਨਾਂ ਨੇ ਘਟਨਾ ਬਿਆਨੀ ਹੈ, ਅਸੀਂ ਕਿਉਂਕਿ ਉਹਨਾਂ ਦੀ ਅੰਗਰੇਜ਼ੀ ਦੇ ਵਿੱਚ ਈਮੇਲ ਸੀ, ਅਸੀਂ ਇਨ ਬਿਨ ਉਸ ਦਾ ਪੰਜਾਬੀ ਅਨੁਵਾਦ ਕੀਤਾ ਕਿ 31 ਅਕਤੂਬਰ ਨੂੰ ਜਦੋਂ ਇੰਦਰਾ ਗਾਂਧੀ ਨੂੰ, ਕਿਉਂਕਿ ਉਹ ਸਵੇਰ ਦੇ ਆਵਰ ਸੀ, ਉਹਨੂੰ ਇੱਕ ਸ਼ਾਇਦ ਰਸ਼ੀਆ ਦਾ ਕੋਈ ਫਿਲਮ ਡਾਇਰੈਕਟਰ ਸੀ ਜਿਹਨੂੰ ਜਿਹੜਾ ਉਹਦੇ 'ਤੇ ਇੰਦਰਾ ਗਾਂਧੀ ਦਾ ਕੋਈ ਫਿਲਮ ਫਿਲਮਾ ਰਿਹਾ ਸੀ, ਔਰ ਉਹ ਉੱਪਰ ਉਹਨੇ ਕੈਮਰੇ ਲਾਏ ਹੋਏ ਸੀ ਅਤੇ ਇਹ ਤਿਆਰ ਹੋ ਕੇ ਜਾ ਰਹੀ ਸੀ ਇੰਟਰਵਿਊ ਦੇ ਲਈ ਉਸ ਫਿਲਮ ਸਾਜ਼ ਦੇ ਨਾਲ, ਔਰ ਉਸ ਵੇਲੇ ਇਹਨਾਂ ਨੇ ਸ਼ਹੀਦ ਬੇਅੰਤ ਸਿੰਘ ਨੇ ਪਹਿਲਾ, ਔਰ ਫਿਰ ਭਾਈ ਸਤਵੰਤ ਸਿੰਘ ਨੇ ਆਪਣੀ ਸਟੇਨ ਦੇ ਨਾਲ ਜਿਹੜਾ ਉਸ ਦਾ ਫਾਈਨਲ ਘੋਗਾ ਚਿੱਤ ਕੀਤਾ। ਹੁਣ ਉਸ ਤੋਂ ਬਾਅਦ ਜੇ ਇਹਨਾਂ ਦੇ ਜਿਵੇਂ ਇਹਨਾਂ ਨੇ ਵੇਰਵਾ ਦੱਸਿਆ ਕਿ ਗਿਆਨੀ ਜੀ ਨੂੰ ਉਸੇ ਸ਼ਾਮ ਹੀ ਪੁਲਿਸ ਉਹਨਾਂ ਦੇ ਘਰ ਪਹੁੰਚ ਗਈ, ਤਾਂ ਬੇਸ਼ੱਕ ਭਾਈ ਬੇਅੰਤ ਸਿੰਘ ਤਾਂ ਮੌਕੇ 'ਤੇ ਹੀ ਸ਼ਹੀਦ ਕਰ ਦਿੱਤੇ ਪੁਲਿਸ ਨੇ, ਸਤਵੰਤ ਸਿੰਘ ਹੋਰ ਵੀ ਜ਼ਖਮੀ ਸੀ, ਪਰ ਇਹਦਾ ਮਤਲਬ ਇਹ ਹੈ ਵੀ ਕੁਛ ਘੰਟਿਆਂ ਦੇ ਵਿੱਚ ਵਿੱਚ ਹੀ ਪੁਲਿਸ ਨੇ ਬਹੁਤ ਸਾਰੀ ਡਿਟੇਲ ਆਪਣੇ ਸਾਧਨਾਂ ਰਾਹੀਂ ਲੈ ਲਈ ਔਰ ਇਹਨਾਂ ਨੂੰ ਦੋਸ਼ੀ ਬਣਾਉਣ ਦੇ ਲਈ, ਕਿਉਂਕਿ ਇਹ ਗੱਲ ਜਦੋਂ ਈਵਨ ਸ਼ਹੀਦ ਬੇਅੰਤ ਸਿੰਘ ਦੇ ਚਾਚਾ ਜੀ ਸ਼ਹੀਦ ਭਾਈ ਕੇਹਰ ਸਿੰਘ ਹੋਰਾਂ ਨੂੰ ਫਾਂਸੀ ਦਿੱਤੀ ਗਈ ਹੈ ਅਤੇ ਉਹਨਾਂ ਦੇ ਉੱਤੇ ਕੋਈ ਇਲਜ਼ਾਮ ਨਹੀਂ ਸੀ, ਉਹਨਾਂ ਨੇ ਨਾ ਮਾਰਨ ਦੇ ਵਿੱਚ ਕੋਈ ਕੰਸਪੀਰੇਸੀ ਪਲੇ ਉਹਨਾਂ ਦਾ ਕੋਈ ਸੀ ਸਾਜਿਸ਼ ਦੇ ਵਿੱਚ, ਉਹਨਾਂ ਦੇ ਉੱਤੇ ਸਰਕਾਰੀ ਧਿਰ ਨੇ ਇਹੀ ਚਾਰਜ ਜਿਹੜਾ ਪ੍ਰੈਸ ਕੀਤਾ ਕਿ ਸ਼ਹੀਦ ਬੇਅੰਤ ਸਿੰਘ ਨੇ ਅੰਮ੍ਰਿਤ ਭਾਈ ਕੇਹਰ ਸਿੰਘ ਦੀ ਪ੍ਰੇਰਣਾ ਨਾਲ ਛਕਿਆ ਔਰ ਅੰਮ੍ਰਿਤ ਛਕਣ ਤੋਂ ਬਾਅਦ ਹੀ ਉਸ ਨੇ ਇੰਦਰਾ ਗਾਂਧੀ ਨੂੰ ਸਜ਼ਾ ਦਿੱਤੀ। ਇਸ ਲਈ ਅੰਮ੍ਰਿਤ ਛਕਾਉਣਾ ਜਾਂ ਅੰਮ੍ਰਿਤ ਛਕਣ ਲਈ ਪ੍ਰੇਰਣਾ ਜਿਹੜਾ ਇਹ ਆਤੰਕਵਾਦ ਜਾਂ ਦਹਿਸ਼ਤਗਰਦੀ ਵੱਲ ਪ੍ਰੇਰਣ ਦਾ ਜਿਹੜਾ ਉਹ ਇੱਕ ਬੇਸਿਕ ਰੀਜ਼ਨ ਹੈ। ਸੋ ਇਹਦਾ ਮਤਲਬ ਇਹ ਸੀ ਔਰ ਇਸੇ ਲਾਈਨ ਦੇ ਉੱਤੇ ਇਹ ਗੱਲ ਇਹ ਨਹੀਂ ਹੈ ਕਿ ਸਿਰਫ ਇੰਦਰਾ ਗਾਂਧੀ ਦੇ ਕੇਸ ਨਾਲ ਸੰਬੰਧਿਤ ਰਹੀ। ਅਸੀਂ ਪੰਜਾਬ 'ਚ ਦੇਖਦੇ ਹਾਂ ਕਿ ਜਦੋਂ ਦਰਬਾਰ ਸਾਹਿਬ 'ਤੇ ਹਮਲੇ ਤੋਂ ਬਾਅਦ, ਇੱਕ ਤਾਂ ਜੂਨ ਦੇ ਪਹਿਲੇ ਹਫ਼ਤੇ 37 ਇਤਿਹਾਸਕ ਗੁਰਦੁਆਰਿਆਂ 'ਤੇ ਹਮਲਾ ਕੀਤਾ, 3 ਹੋਰ ਗੁਰਦੁਆਰਿਆਂ 'ਚ ਵੀ ਟੈਂਕ ਲਿਆਉਂਦੇ, ਗੁਰਦੁਆਰਾ ਤਰਨ ਤਾਰਨ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਔਰ ਗੁਰਦੁਆਰਾ ਮੁਕਤਸਰ ਸਾਹਿਬ, ਉਸ ਤੋਂ ਬਾਅਦ ਇੱਕ ਆਪਰੇਸ਼ਨ ਉਹਨਾਂ ਨੇ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ 'ਚ ਕੀਤਾ, ਜਿਸ ਆਪਰੇਸ਼ਨ ਦਾ ਉਹਨਾਂ ਨੇ ਨਾਂ ਰੱਖਿਆ ਆਪਰੇਸ਼ਨ ਵੁੱਡ ਰੋਜ਼। ਔਰ ਉਸ ਵੁੱਡ ਰੋਜ਼ ਦੇ ਲਈ ਜਿਹੜੀਆਂ ਉਹਨਾਂ ਨੇ ਹਦਾਇਤਾਂ ਦਿੱਤੀਆਂ, ਜਿਹਨਾਂ ਫੌਜੀਆਂ ਨੇ, ਕੋਈ ਬਿਹਾਰੀ, ਕੋਈ ਯੂਪੀ ਦਾ, ਕੋਈ ਮਦਰਾਸੀ ਪੰਜਾਬ ਦੇ ਪਿੰਡਾਂ 'ਚ ਜਾਣਾ ਸੀ, ਕਿ ਉਹਨਾਂ ਨੇ ਜਿਹਨਾਂ ਨੂੰ ਫੜਨਾ ਉਹਨਾਂ ਦੀ ਪਛਾਣ ਕੀ ਹੋਏਗੀ, ਔਰ ਉਹਦੇ 'ਚ ਉਹਨਾਂ ਨੇ ਜਿਹੜੀ ਉਹਨਾਂ ਦਾ ਇੱਕ ਆਰਮੀ ਦਾ ਇੱਕ ਪਬਲੀਕੇਸ਼ਨ ਹੈ ਫੌਜ ਦੀ, 15 ਦਿਨ ਬਾਅਦ ਛਪਦੀ ਹੈ, ਉਹਦਾ ਨਾਂ ਬਾਤਚੀਤ ਹੈ ਉਸ ਪਬਲੀਕੇਸ਼ਨ ਦਾ, ਅਤੇ ਜਿਹੜੀ 9 ਜੁਲਾਈ 1984 ਦੀ ਪਬਲੀਕੇਸ਼ਨ ਹੈ ਬਾਤਚੀਤ ਦੀ, ਉਹਦੇ 'ਚ ਉਹਨਾਂ ਨੇ ਹਦਾਇਤ ਕੀਤੀ ਹੋਈ ਹੈ ਕਿ ਵੀ ਕਿਹਨਾਂ ਦੇ ਪਿੱਛੇ ਫੌਜ ਨੇ ਪਿੰਡਾਂ 'ਚ ਜਾ ਕੇ ਕਿਹਨਾਂ ਨੂੰ ਟਾਰਗੇਟ ਕਰਨਾ, ਅਤੇ ਉਹ ਮੈਂ ਕਿਉਂਕਿ ਉਹਨਾਂ ਦੇ ਐਗਜੈਕਟ ਸ਼ਬਦ ਮੈਂ ਦੁਹਰਾਉਣਾ ਚਾਹਾਂਗਾ, ਤਾਂ ਕਿ ਇਹ ਗੱਲ ਸਾਡੇ ਉਹਨਾਂ ਅਨਭੋਲ ਵੀਰਾਂ ਨੂੰ ਵੀ, ਜਿਹੜੇ ਅੱਜ ਵੀ ਇਹ ਸਮਝਦੇ ਨੇ ਕਿ ਜੀ ਜੇ ਭਿੰਡਰਾਂ ਵਾਲੇ ਨਾ ਹੁੰਦੇ ਅਕਾਲ ਤਖ਼ਤ ਸਾਹਿਬ 'ਤੇ ਤਾਂ ਇਹ ਨਹੀਂ ਸੀ ਹੋਣਾ, ਜਾਂ ਇਹ ਜਿਹੜਾ ਉਹ ਮਜਬੂਰ ਹੋ ਗਈ ਸਰਕਾਰ ਇਹ ਐਕਸ਼ਨ ਲੈਣ ਦੇ ਲਈ, ਕਿ ਕਿਵੇਂ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਸਿੱਖਾਂ ਦੀ ਨਸਲਕੁਸ਼ੀ ਦਾ ਏਜੰਡਾ ਮਿੱਥਿਆ ਹੋਇਆ ਸੀ। ਪਿੰਡਾਂ ਵਾਲੇ 37 ਗੁਰਦੁਆਰਿਆਂ 'ਚ ਤਾਂ ਨਹੀਂ ਸੀ ਜਿੱਥੇ ਉਹਨਾਂ ਨੇ ਹਮਲਾ ਕੀਤਾ, ਅਤੇ ਪੰਜਾਬ ਦੇ 12,000 ਪਿੰਡਾਂ 'ਚ ਫੌਜ ਕੀ ਕਰਨ ਗਈ ਸੀਗੀ, ਤਲਾਸ਼ੀਆਂ ਲੈਣ ਔਰ ਨੌਜਵਾਨ ਮੁੰਡੇ ਮਾਰਨ। ਸੋ ਉਹਦੇ 'ਚ ਉਹਨਾਂ ਨੇ ਜਿਹੜਾ ਉਹ ਫੌਜ ਦਾ ਬਾਤਚੀਤ ਸਰਕੂਲਰ ਹੈ ਉਹਦੇ 'ਚ ਉਹਨਾਂ ਨੇ ਕਿਹਾ, ਇਹ ਫਿਊ ਪੀਪਲ ਆਰ ਬੈਪਟਾਈਜ਼ਡ ਇਨ ਦਾ ਨੇਮ ਆਫ ਰਿਲੀਜਨ, ਦੇ ਵੀਅਰ ਆ ਮਿਨੀਏਚਰ ਕਿਰਪਾਨ ਰਾਊਂਡ ਦੇਅਰ ਨੈਕ ਐਂਡ ਆਰ ਕਾਲਡ ਅੰਮ੍ਰਿਤਧਾਰੀਸ। ਇਹ ਹੁਣ ਬਾਕੀਆਂ ਨੂੰ ਦੱਸਣ ਦੇ ਲਈ ਪਰਿਭਾਸ਼ਾ ਦਿੱਤੀ ਕਿ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਉਹਨਾਂ ਨੇ ਫੜਨਾ ਜਾਂ ਮਾਰਨਾ। ਉਹਨਾਂ ਨੇ ਕਿਹਾ ਕਿ ਕੁਝ ਲੋਕਾਂ ਨੂੰ ਧਰਮ ਦੇ ਨਾਂ 'ਤੇ ਸਹੁੰ ਖਵਾਈ ਜਾਂਦੀ ਹੈ, ਉਹ ਨਿੱਕੀ ਕਿਰਪਾਨ ਗਲ ਦੇ ਵਿੱਚ ਪਾਉਂਦੇ ਨੇ ਅਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ। ਸੋ ਉਹਨਾਂ ਨੇ ਪਛਾਣ ਫੌਜੀਆਂ ਨੂੰ ਦੱਸੀ ਵੀ ਤੁਸੀਂ ਕਿਹਦੇ ਪਿੱਛੇ ਜਾਣਾ। ਫਿਰ ਉਸ ਤੋਂ ਅੱਗੇ ਸੀ ਐਨ ਅਪੀਲ, ਦੀਜ ਅੰਮ੍ਰਿਤਧਾਰੀਜ਼ ਦੇ ਆਰ ਵੈਰੀ ਡੇਂਜਰਸ ਪੀਪਲ, ਇਹ ਅੰਮ੍ਰਿਤਧਾਰੀ ਬਹੁਤ ਖਤਰਨਾਕ ਲੋਕ ਨੇ। ਦੇ ਮੇ ਐਪੀਅਰ ਇਨੋਸੈਂਟ ਫਰੋਮ ਆਊਟਸਾਈਡ ਬਟ ਬੇਸਿਕਲੀ ਦੇ ਆਰ ਕਮਿਟਿਡ ਟੂ ਅਰਸਨ, ਮਰਡਰ ਐਂਡ ਲੂਟ। ਭਾਵੇਂ ਬਾਹਰੋਂ ਦੇਖਣ ਨੂੰ ਇਹ ਭੋਲੇ ਭਾਲੇ ਲੱਗਣ, ਪਰ ਇਹ ਬੜੇ ਖਤਰਨਾਕ ਨੇ, ਇਹ ਜਿਹੜਾ ਕਾਤਲ ਨੇ, ਇਹ ਅਗਜ਼ਨੀ ਕਰਨ ਵਾਲੇ ਨੇ ਔਰ ਲੁੱਟਾਂ ਖੋਹਾਂ ਕਰਨ ਵਾਲੇ ਨੇ। ਐਨੀ ਇਨਫੋਰਮੇਸ਼ਨ ਅਬਾਊਟ ਦਾ ਵੇਅਰ ਅਬਾਊਟਸ ਆਫ ਦਾ ਅੰਮ੍ਰਿਤਧਾਰੀਜ਼ ਹੂ ਆਰ ਵੈਰੀ ਡੇਂਜਰਸ ਪੀਪਲ ਸ਼ੁੱਡ ਬੀ ਬਰੋਟ ਇਨ ਦਾ ਨੋਟਿਸ ਆਫ ਨੀਅਰ ਬਾਈ ਆਰਮੀ ਅਥੋਰਿਟੀਜ਼
ਇਟ ਵਿਲ ਬੀ ਅ ਗ੍ਰੇਟ ਸਰਵਿਸ ਟੂ ਦਾ ਇੰਡੀਅਨ ਨੇਸ਼ਨ। ਇਹ ਉਹਨਾਂ ਨੇ ਕਿਹਾ ਜੀ ਕਿ ਇਹਨਾਂ ਅੰਮ੍ਰਿਤਧਾਰੀਆਂ ਬਾਰੇ ਕੋਈ ਵੀ ਜਾਣਕਾਰੀ ਹੋਏ ਕਿ ਜਿਹੜਾ ਜਿਹੜਾ ਵੀ ਇਲਾਕੇ ਦੇ ਵਿੱਚ ਹੈ ਉਹ ਜਾਣਕਾਰੀ ਨੇੜੇ ਦੀ ਫੌਜੀ ਛਾਉਣੀ ਦੇ ਵਿੱਚ ਪਹੁੰਚਾਈ ਜਾਏ ਜੀ, ਇਹ ਦੇਸ਼ ਦੀ ਬਹੁਤ ਵੱਡੀ ਸੇਵਾ ਹੋਏਗੀ। ਸੋ ਇੱਧਰ ਜੇ ਪੰਜਾਬ ਦੇ ਵਿੱਚ ਸਧਾਰਨ ਨੌਜਵਾਨ ਜਿਹੜਾ ਅੰਮ੍ਰਿਤਧਾਰੀ ਸਿੱਖੀ 'ਚ ਹੈ ਉਸ ਦੀ ਜਿਹੜੀ ਹੈ ਉਹ ਫੜੋ ਫੜੀ ਔਰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨ ਦੀ ਕਹਾਣੀ ਸ਼ੁਰੂ ਹੋ ਗਈ ਸੀ, ਤੋ ਜ਼ਾਹਰ ਹੈ ਕਿ ਭਾਈ ਗਜਿੰਦਰ ਸਿੰਘ ਉਹਨਾਂ ਦੇ ਉੱਤੇ ਇਹ ਉਹਨਾਂ ਨੇ ਚਾਰਜ ਲਾਇਆ। ਉਹਨਾਂ ਨੂੰ ਪਤਾ ਲੱਗ ਗਿਆ ਸ਼ਾਮ ਤੱਕ ਕਿ ਭਾਈ ਉਹਨਾਂ ਨੇ ਅੰਮ੍ਰਿਤ ਛਕਿਆ, ਅੰਮ੍ਰਿਤ ਛਕਣ ਦੇ ਪੰਜ ਪਿਆਰਿਆਂ 'ਚ ਸ਼ਾਮਿਲ ਸੀ। ਉਹਨਾਂ ਨੂੰ ਉਹਨਾਂ ਨੇ ਬੇਸ਼ੱਕ ਉਹ ਆਪਣੀ ਭੈਣ ਨੂੰ ਮਿਲਣ ਲਈ ਪਟਿਆਲੇ ਵੱਲ ਜਾ ਚੁੱਕੇ ਸੀ, ਉਸ ਵੇਲੇ ਸਾਰੇ ਇਨ ਲਾਈਨ ਸੀ। CBI ਨੇ ਪੰਜਾਬ ਪੁਲਿਸ ਨੂੰ ਕਿਹਾ, ਪੰਜਾਬ ਪੁਲਿਸ ਨੇ ਉਹ ਪਟਿਆਲੇ ਪਹੁੰਚਿਆ ਸੀ ਜਾਂ ਰਾਹ 'ਚੋਂ ਹੀ ਫੜ ਲਿਆ ਵਾਪਸ ਲਿਆਂਦਾ। ਹੁਣ ਜਿਸ ਤਰ੍ਹਾਂ ਅੰਮ੍ਰਿਤਸਰ ਦੀ ਮਾਲ ਮੰਡੀ 'ਚ, ਸੰਗਰੂਰ ਦੇ ਵਿੱਚ ਲੱਦਾ ਕੋਠੀ ਜੇਲ੍ਹ, ਇਸੇ ਤਰ੍ਹਾਂ ਲਾਲ ਕਿਲ੍ਹੇ ਦੇ ਵਿੱਚ ਜਿਹੜੇ ਸੈੱਲ ਦੀ ਗੱਲ ਹੋ ਰਹੀ ਹੈ, ਅਸਲ 'ਚ ਇੱਕ ਟੋਰਚਰ ਸੈਂਟਰ ਹੈ, ਉੱਥੇ ਉਹਨਾਂ ਨੂੰ ਰੱਖ ਕੇ ਉਹਨਾਂ ਨੇ ਟੋਰਚਰ ਕੀਤਾ। ਔਰ ਜਿਵੇਂ ਵੀਰ ਕੇ ਸਿੰਘ ਹੋਰਾਂ ਨੇ ਕਿਹਾ ਕਿ ਅਲਟੀਮੇਟਲੀ ਉਹਨਾਂ ਨੂੰ ਡਾਕਟਰਾਂ ਦੇ ਕਹਿਣ ਮੁਤਾਬਕ ਵੀ ਕੋਈ ਐਸੀ ਗੈਸ ਵੀ ਜਿਹੜੀ ਹੈ ਦਿੱਤੀ ਗਈ, ਕੋਈ ਜ਼ਹਿਰੀਲੀ ਗੈਸ ਤਾਂ ਹਰਿਮੰਦਰ ਸਾਹਿਬ ਦੇ ਅੰਦਰ ਵੀ ਇਹਨਾਂ ਨੇ ਵਰਤੀ ਹੈ June 84 ਦੇ ਘੱਲੂਘਾਰੇ ਵੇਲੇ ਵੀ, ਔਰ ਹੱਡੀਆਂ ਉਹਨਾਂ ਦੀਆਂ ਜਿਹੜੀਆਂ ਨੇ ਉਹ ਅੰਦਰੋਂ ਜਿਹੜੀਆਂ ਨੇ ਉਹ ਭੋਰ ਦਿੱਤੀਆਂ, ਕਿਉਂਕਿ ਇਸ ਕਿਸਮ ਦੀਆਂ ਜਿਹੜੀਆਂ ਨਰਵਸ ਸਿਸਟਮ 'ਤੇ ਕੰਮ ਕਰਨ ਵਾਲੀਆਂ ਗੈਸਿਸ ਹੁੰਦੀਆਂ ਨੇ ਉਹ ਤੁਹਾਡੀ ਬਾਡੀ ਨੂੰ ਅੰਦਰੋਂ ਬਾਹਰ, ਤੁਹਾਡੇ ਭਾਵੇਂ ਟੋਰਚਰ ਦਾ ਸਾਈਨ ਨਹੀਂ ਹੁੰਦਾ ਕਿਉਂਕਿ ਬਾਹਰ ਤਾਂ ਤੁਸੀਂ ਕੋਰਟ 'ਚ ਜਾ ਸਕਦੇ ਹੋ, ਕੁਛ ਹੋਰ ਕਰ ਸਕਦੇ ਹੋ। ਔਰ ਇਵੈਂਚੁਅਲੀ 2-3 ਮਹੀਨੇ ਬਾਅਦ ਇਹਨਾਂ ਦੀ ਸਿੰਘ ਸਾਹਿਬ ਜਿਹੜੇ ਨੇ ਉਹ ਚੜ੍ਹਾਈ ਕਰ ਗਏ। ਸੋ ਮੈਂ ਸ਼ੁਕਰਗੁਜ਼ਾਰ ਹਾਂ ਵੀਰ ਕੇ ਸਿੰਘ ਹੋਰਾਂ ਦਾ ਕਿ ਉਹਨਾਂ ਨੇ ਸਾਡੇ ਤੱਕ ਇਹ ਮਹਾਨ ਜਿਹੜੇ ਪੰਥ ਦੇ ਸਪੁੱਤਰ ਨੇ ਜਿਹਨਾਂ ਨੇ ਆਪਣੀ ਜ਼ਿੰਦਗੀ ਅੰਮ੍ਰਿਤ ਸੰਚਾਰ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਨ ਦੇ ਵਿੱਚ ਲਾਈ, ਔਰ ਇਹ ਸ਼ਹਾਦਤ ਹੈ, ਸ਼ਹੀਦੀ ਹੈ ਕਿ ਉਹਨਾਂ ਨੇ ਜੇਲ੍ਹ ਦੇ ਜੇ 12 ਦਿਨ ਉਹਨਾਂ ਨੂੰ ਇਲੀਗਲ ਕਸਟਡੀ 'ਚ ਰੱਖਿਆ, ਉਹਨਾਂ ਨੇ ਉਹਨਾਂ ਦਾ ਹੱਥ ਦਾ ਬਣਿਆ ਵੀ ਨਹੀਂ ਖਾਧਾ ਕਿ ਤੁਸੀਂ ਦੁਸ਼ਟ ਹੋ ਨਹੀਂ, ਔਰ ਤੁਹਾਡਾ ਇਹ ਨਹੀਂ ਹੈ, ਇਹੀ ਪ੍ਰਣ ਹੈ। ਔਰ ਇਹ ਇਸੇ ਹੀ ਰਸਤੇ 'ਤੇ ਜਦੋਂ ਅਸੀਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਔਰ ਉਹ ਸਾਰੇ ਸਾਥੀਆਂ ਦਾ ਉਹ ਇਤਿਹਾਸ ਪੁਰਾਣਾ ਪੜ੍ਹਦੇ ਹਾਂ ਜੇਲ੍ਹਾਂ ਦੇ ਵਿੱਚ ਕਿ ਕਿਵੇਂ ਉਹਨਾਂ ਨੇ ਬ੍ਰਿਟਿਸ਼ ਰਾਜ ਵੇਲੇ ਜੇਲ੍ਹਾਂ ਦੀਆਂ ਸਖਤੀਆਂ ਝੱਲੀਆਂ, ਪਰ ਉਹਨਾਂ ਨੇ ਆਪਣਾ ਸਿਦਕ ਨਹੀਂ ਛੱਡਿਆ, ਸਿੱਖੀ ਸਿਧਾਂਤਾਂ ਵੱਲ ਜਿਹੜਾ ਹੈ ਉਹਨਾਂ ਦੇ ਉੱਤੇ ਬੜਾ ਡਟ ਕੇ ਪਹਿਰਾ ਦਿੱਤਾ। ਸੋ ਅਸੀਂ ਸਮਝਦੇ ਹਾਂ ਕਿ ਇਸ ਕਹਾਣੀ ਦੇ ਨਾਲ ਜਿਹੜੀ ਕਿ ਇੱਕ ਸੱਚੀ ਕਹਾਣੀ ਹੈ, ਸਾਡੇ ਇਤਿਹਾਸਕ ਇੱਕ ਹੀਰੋ ਦੀ ਕਹਾਣੀ ਹੈ, ਇੱਕ ਬਹੁਤ ਵੱਡੀ ਗੱਲ ਸਾਹਮਣੇ ਆਈ ਹੈ, ਔਰ ਸਾਨੂੰ ਖੁਸ਼ੀ ਹੋਈ ਹੈ ਕਿ ਅਸੀਂ ਇਸ ਨੂੰ ਆਪਣੇ ਦਰਸ਼ਕਾਂ ਦੇ ਸਾਹਮਣੇ ਜਿਹੜਾ ਹੈ ਉਹ ਲਿਆ ਸਕੇ। ਜੀ ਡਾਕਟਰ ਸਾਹਿਬ, ਇਹ ਈਮੇਲ ਵੀ ਟੋਰਾਂਟੋ ਤੋਂ ਹੀ ਹੈ ਅਤੇ ਲਿਖਣ ਵਾਲੇ ਹਨ ਸਰਦਾਰ ਮਨਿੰਦਰ ਸਿੰਘ ਜੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਮੇਰਾ ਇੱਕ ਸਵਾਲ ਹੈ ਅਤੇ ਇਹ ਘਟਨਾ ਦਾ ਮੈਂ ਵੀ ਜ਼ਿਕਰ ਕਰਨਾ ਚਾਹੁੰਦਾ ਹਾਂ। ਚੀਨ ਦੀ ਫੌਜ ਭਾਰਤ ਵਿੱਚ ਦਾਖਲ ਹੋ ਚੁੱਕੀ ਹੈ, ਹੁਣ ਉਹ ਲੋਕ ਕਿੱਥੇ ਹਨ ਜਿਹੜੇ ਭਾਈ ਰਾਜਵਾਨ ਨੂੰ ਫਾਂਸੀ ਦੇਣ ਲਈ ਜਲਾਦ ਬਣਨ ਨੂੰ ਤਿਆਰ ਸਨ? ਉਦੋਂ ਤਾਂ ਉਹ ਪੁੱਤਰੇ ਹੋਏ ਸਾਡੀਆਂ ਦਸਤਾਰਾਂ ਦੀ ਬੇਅਦਬੀ ਕਰ ਰਹੇ ਸਨ ਅਤੇ ਭਾਰਤ ਮਾਤਾ ਦੀ ਜੈ ਦੇ ਨਾਰੇ ਬੁਲੰਦ ਕਰ ਰਹੇ ਸਨ। ਮੈਂ ਇਹਨਾਂ ਉਹਨਾਂ ਸਾਰਿਆਂ ਨੂੰ ਹੁਣ ਚੈਲੰਜ ਕਰਦਾ ਹਾਂ ਕਿ ਤੁਹਾਡੀ ਭਾਰਤ ਮਾਤਾ ਹੁਣ ਖਤਰੇ ਵਿੱਚ ਹੈ ਅਤੇ ਲੱਦਾਖ ਵਿੱਚ ਜਾ ਕੇ ਚੀਨ ਦਾ ਮੁਕਾਬਲਾ ਕਰੋ। ਹੁਣ ਉਹ ਟੈਂਕ ਕਿੱਥੇ ਸੁੱਤੇ ਪਏ ਹਨ ਜਿਨ੍ਹਾਂ ਨਾਲ ਸਾਡਾ ਅਕਾਲ ਤਖ਼ਤ ਢਾਇਆ ਸੀ? ਘਟਨਾ ਇਉਂ ਹੈ, 1992 ਜਾਂ 93 ਵਿੱਚ KP ਗਿੱਲ ਦੇ ਟ੍ਰੇਡ ਕਮਾਂਡੋ ਆਸਾਮ ਵਿੱਚ ਲੜਨ ਲਈ ਗਏ, ਪਰ ਜਦੋਂ ਆਸਾਮੀ ਯੋਧਿਆਂ ਨੇ ਇਹਨਾਂ ਦੀ ਇੱਕ ਜੀਪ ਉਡਾ ਕੇ ਕੁਝ ਕਮਾਂਡੋਆਂ ਨੂੰ ਮਾਰ ਦਿੱਤਾ ਤਾਂ ਇਹ ਬਹਾਦਰ ਕਮਾਂਡੋ ਚੀਖਾਂ ਮਾਰਨ ਲੱਗ ਗਏ ਕਿ ਅਸੀਂ ਇੱਥੇ ਨਹੀਂ ਲੜ ਸਕਦੇ ਅਤੇ ਵਾਪਸ ਪੰਜਾਬ ਜਾਣਾ ਚਾਹੁੰਦੇ ਹਾਂ। ਇਹਨਾਂ ਨੇ ਬੇਗੁਨਾਹ ਲੋਕ ਹੀ ਮਾਰੇ ਸਨ, ਕਦੇ ਕਿਸੇ ਲੜਾਈ ਵਿੱਚ ਨਹੀਂ ਸਨ ਲੜੇ। ਕਿਰਪਾ ਕਰਕੇ ਇਸ ਘਟਨਾ ਬਾਰੇ ਹੋਰ ਵੀ ਵੇਰਵਾ ਦੱਸੋ, ਧੰਨਵਾਦ। ਸਭ ਤੋਂ ਪਹਿਲਾਂ ਤਾਂ ਵੀਰ ਮਨਿੰਦਰ ਸਿੰਘ ਜੀ ਦਾ ਧੰਨਵਾਦ ਹੈ ਕਿ ਉਹਨਾਂ ਨੇ ਸਾਨੂੰ ਲਿਖਿਆ ਜੀ। ਇੱਕ ਉਹਨਾਂ ਦਾ ਸਵਾਲ ਹੈ, ਇੱਕ ਕਮੈਂਟ ਹੈ, ਕਮੈਂਟ ਜਾਂ ਘਟਨਾ ਜੀ। ਇਹ ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ, ਕੱਲ੍ਹ ਜਾਂ ਪਰਸੋਂ ਦੇ ਪ੍ਰੋਗਰਾਮ 'ਚ ਵੀ ਜੀ, ਕਿ ਚਾਈਨਾ ਇਹਨਾਂ ਦੇ ਆਪਣੇ ਕਹਿਣ ਮੁਤਾਬਕ 19 ਕਿਲੋਮੀਟਰ ਅੰਦਰ ਤੱਕ ਆ ਗਿਆ ਜੀ। ਪਹਿਲਾਂ ਉਹਨਾਂ ਨੇ ਇੱਕ ਜਿਹੜਾ ਟੈਂਟ ਲਾਇਆ, ਇਹਨਾਂ ਨੇ ਪ੍ਰੋਟੈਸਟ ਕੀਤਾ, ਉਹਨਾਂ ਨੇ ਇੱਕ ਹੋਰ ਲਾ ਲਿਆ ਜੀ। ਇਹਨਾਂ ਨੇ ਫਿਰ ਪ੍ਰੋਟੈਸਟ ਕੀਤਾ, ਉਹ ਗਿਣਤੀ ਹੁਣ 5 'ਤੇ ਹੋ ਗਈ ਹੈ। 5 ਟੈਂਟ ਜਿਹੜੇ ਨੇ ਉਹਨਾਂ ਨੇ ਵਿਦ ਇਨ ਇਨਰ ਟੈਰੀਟਰੀ ਦੇ ਲਾਏ ਨੇ ਜੀ। ਫਿਰ ਉਹਨਾਂ ਦੇ ਕੋਲ ਹਮਵੀ, ਉਹਨਾਂ ਦਾ ਫੌਜੀ ਟਰੱਕ, ਔਰ ਉਹਦੇ ਨਾਲ 30-40 ਤੱਕ ਜਿਹੜੇ ਉਹਨਾਂ ਦੇ ਚਾਈਨੀਜ਼ ਪੀਪਲ ਲਿਬਰੇਸ਼ਨ ਆਰਮੀ ਦੇ ਸੋਲਜਰ ਨੇ ਜੀ, ਉਹ ਉਸ ਖਿੱਤੇ ਦੇ ਵਿੱਚ ਗਸ਼ਤ ਕਰ ਰਹੇ ਨੇ। ਜੇ ਇੰਡੀਅਨ ਸਾਈਡ ਇਹ ਕਹਿੰਦੀ ਹੈ ਆਪਣੇ ਬੈਨਰ ਲਹਿਰਾ ਕੇ ਕਿ ਜੀ ਇਹ ਇੰਡੀਅਨ ਟੈਰੀਟਰੀ ਹੈ, ਅਤੇ ਉਹ ਉਸ ਪਾਸਿਓਂ ਕਹਿ ਰਹੇ ਨੇ ਕਿ ਜੀ ਇਹ ਚਾਈਨੀਜ਼ ਟੈਰੀਟਰੀ ਹੈ ਜੀ।
ਸੋ ਇਹਦੇ 'ਚ ਬਿਲਕੁਲ ਇਹਨਾਂ ਨੇ ਠੀਕ ਕਿਹਾ ਕਿ ਵੀ ਕੱਲ੍ਹ ਤੱਕ ਜਿਹੜੇ ਇਹ ਕਹਿੰਦੇ ਸੀ ਜੀ ਜੇ ਤੁਹਾਨੂੰ ਭਾਈ ਰਾਜੋਆਣਾ ਨੂੰ ਫਾਂਸੀ ਦੇਣ ਲਈ ਜਲਾਦ ਨਹੀਂ ਮਿਲਦਾ ਤਾਂ ਉਹਨਾਂ ਦੇ ਇੱਕ ਲੀਡਰ ਨੇ ਕਿਹਾ ਜੀ ਮੈਂ ਤਿਆਰ ਹਾਂ ਜਲਾਦ ਬਣਨ ਨੂੰ ਜੀ। ਫਿਰ ਭਾਰਤ ਮਾਤਾ ਦੀ ਜੈ ਇੱਥੇ ਖਲੋ ਕੇ ਕਰਦੇ ਨੇ ਹੁਣ ਬਿਲਕੁਲ ਠੀਕ ਹੈ ਕਿ ਜਾਓ ਭਾਈ ਮਾਤਾ ਤੁਹਾਡੀ ਦੇ ਤਾਂ 19 ਕਿਲੋਮੀਟਰ ਖੋਹ ਲਿਆ ਉਹਨਾਂ ਨੇ ਜੀ ਉਹ ਵਿੱਚ ਆ ਗਿਆ ਜਾ ਕੇ ਜੇ ਮਾਤਾ ਦੇ ਆਪਣੇ ਪੁੱਤਰ ਹੈਗੇ ਹੋ ਮਾਂ ਦੇ ਆਪਣੇ ਆਪ ਨੂੰ ਸਪੁੱਤਰ ਬਣਦੇ ਹੋ ਤਾਂ ਜਾ ਕੇ ਡਿਫੈਂਡ ਕਰੋ ਜੀ। ਜਿਹੜੀ ਦੂਸਰੀ ਘਟਨਾ ਦਾ ਉਹਨਾਂ ਨੇ ਜ਼ਿਕਰ ਕੀਤਾ ਕਮਾਂਡੋਜ਼ ਵਾਲੀ ਦੀ ਇਹ ਵੀ ਬਿਲਕੁਲ ਠੀਕ ਹੈ ਕਿਉਂਕਿ ਇਹ ਮੀਡੀਆ ਰਿਪੋਰਟ ਸੀ ਜੀ ਕਿ ਕੇਪੀ ਗਿੱਲ ਨੇ ਇੱਧਰ ਭੁਤਰਿਆ ਸੀ ਉਹਨੇ ਸਮਝਿਆ ਵੀ ਵਾਕਈ ਇਹ ਮੇਰੇ ਯੋਧੇ ਨੇ ਇਹ ਨਹੀਂ ਹੈ ਵੀ ਇੱਥੇ ਤਾਂ ਇਨੋਸੈਂਟਸ ਨੂੰ ਮਾਰਿਆ ਜਦੋਂ ਆਸਾਮ 'ਚੋਂ ਦੌੜੇ ਉਦੋਂ ਸ਼੍ਰੀਲੰਕਾ ਦੇ ਵਿੱਚ ਵੀ ਪ੍ਰੋਬਲਮ ਚੱਲ ਰਹੀ ਸੀ ਲਿਟੇ ਦੇ ਗੁਰੀਲਿਆਂ ਦੀ ਅਤੇ ਇੰਡੀਅਨ ਸਰਕਾਰ ਨੇ ਔਫਰ ਕੀਤਾ ਕਿ ਜੀ ਅਸੀਂ ਆਪਣੇ ਭੇਜਦੇ ਹਾਂ ਇੱਥੋਂ ਪੰਜਾਬ 'ਚੋਂ ਕੇਪੀ ਗਿੱਲ ਉਹਨਾਂ ਨੇ ਕਿਹਾ ਸਾਨੂੰ ਪਤਾ ਕਿੰਨੇ ਕੁ ਬਹਾਦਰ ਨੇ ਸਾਨੂੰ ਲੋੜ ਨਹੀਂ ਹੈ ਉਹਨਾਂ ਨੇ ਤਾਂ ਨਾਂਹ ਕਰ ਦਿੱਤੀ ਪਰ ਆਸਾਮ ਦੇ ਵਿੱਚ ਜੋ ਇਹਨਾਂ ਦਾ ਹਾਲ ਹੋਇਆ ਕਿ ਉੱਥੋਂ ਚੀਕਾਂ ਮਾਰਦੇ ਹੀ ਦੌੜ ਕੇ ਆਏ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਸੋ ਇਹ ਬਿਲਕੁਲ ਠੀਕ ਇੰਸੀਡੈਂਸ ਹੈ ਔਰ ਇਹ ਗੱਲ ਸਾਬਤ ਕਰਦੀ ਹੈ ਕਿ ਬੇਗੁਨਾਹ ਨੂੰ ਮਾਰਨ ਵਾਲਾ ਕਦੇ ਬਹਾਦਰ ਨਹੀਂ ਹੁੰਦਾ ਸੋ ਜਿਹੜੇ ਇਹ ਕਮਾਂਡੋ ਹੋਣ ਫੌਜੀ ਹੋਣ ਇਹ ਸਾਰੇ ਜਿਹੜੇ ਨੇ ਕੋਵਿਡ ਨੇ ਜੀ ਡਰਪੋਕ ਨੇ ਔਰ ਇਹਨਾਂ ਦਾ ਜਿਹੜਾ ਕੋਈ ਇਹਨਾਂ ਨੂੰ ਬਹਾਦਰ ਤਾਂ ਦੂਰ ਦਾ ਇਨਸਾਨ ਵੀ ਨਹੀਂ ਹੈ ਇਹ ਦਰਿੰਦੇ ਨੇ ਜੀ। ਡਾਕਟਰ ਸਾਹਿਬ ਹੁਣ ਇੱਥੇ ਹੋ ਗਿਆ ਛੋਟਾ ਜਿਹਾ ਇੱਕ ਵੇਲਾ ਵੀਰ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।